मित्र सैन मीत का कहानी संग्रह लाम की कहानी है। खानापुरी। बुद्ध सिंह बड़ा परेशान से, महीने का आखिरी दिन भी आ टपकिया से, पर उसने माणे तो हाले तक अपने कोटे का एक भी केस नहीं सी फड़िया गया। SSP सख्त ताड़ना उहदे कन्नां च गूंज रही सी ते अंदरों अंदर घुण वांग खाई जा रही सी। ਜਥੇਦਾਰਾਂ ਦੀਆਂ ਮਿੰਨਤਾਂ ਤਰਲੇ ਕਰਕੇ ਮਸਾਂ ਉਹਨੇ ਕੈਨੇਡਾ ਵਰਗੇ ਇਸ ਥਾਣੇ ਦੀ ਬਦਲੀ ਕਰਾਈ ਸੀ ਅਤੇ ਅੱਜ ਦੀ ਕੋਈ ਕੇਸ ਨਾ ਫੜਿਆ ਗਿਆ ਤਾਂ ਨੋਟਾਂ ਦੀ ਇਹ ਖਾਨ ਹੱਥੋਂ ਖੁਸ਼ ਜਾਣੀ ਸੀ। ਪੁਲਿਸ ਲਾਈਨ ਦੀਆਂ ਰੁੱਖੀਆਂ ਰੋਟੀਆਂ ਸਾਰੀ ਸਾਰੀ ਰਾਤ ਦਾ ਪਹਿਰਾਂ ਅਤੇ ਸਖ਼ਤ ਪਰੇਡ ਬਾਰੇ ਸੋਚ ਸੋਚ ਉਹਨੇ ਕੰਬਣੀ ਛਿੜ ਜਾਂਦੀ। ਇਹ ਨਹੀਂ ਕਿ ਸਾਰਾ ਮਹੀਨਾ ਹੀ ਉਹ ਪੈਸੇ ਬਣਾਉਣ 'ਚ ਲੱਗਾ ਰਿਹਾ ਸੀ। ਪਿਛਲਾ ਸਾਰਾ ਹਫ਼ਤਾ ਤਾਂ ਉਹਨੇ ਥਾਣੇ ਦੇ 48 ਪਿੰਡਾਂ ਦੀ ਖਾਕ ਛਾਣਨ 'ਤੇ ਲਾਇਆ ਸੀ। ਥਾਣੇ ਲਟਕਾਈ ਲਿਸਟ ਦੇ ਹਰ ਬਲੈਕੀਏ 'ਤੇ ਅਮਲੀ 'ਤੇ ਉਹ ਰੇਡ ਕਰ ਚੁੱਕਾ ਸੀ। ਮਾੜੀ ਕਿਸਮਤ, ਇੱਕ ਵੀ ਅਜਿਹਾ ਕੇਸ ਨਹੀਂ ਸੀ ਲੱਭਾ ਜਿਹੜਾ FIR ਰਜਿਸਟਰ ਦਾ ਮੂੰਹ ਦੇਖ ਸਕੇ। ਇਸ ਥਾਣੇ 'ਚੋਂ ਨਵਾਂ ਨਵਾਂ ਬਦਲ ਕੇ ਆਇਆ ਸੀ, ਇਸ ਲਈ ਸ਼ਾਇਦ ਡਰਦਾ ਕੋਈ ਮੁਖਬਰੀ ਨਹੀਂ ਸੀ ਕਰਦਾ। ਜਿਹੜੇ 5-4 ਮੁਖਬਰ ਉਹਨੇ ਸ਼ਿੰਗਾਰੇ ਸਨ, ਨਸ਼ਾ ਪੱਤਾ ਲੈ ਕੇ ਅਜਿਹੇ ਤਿੱਤਰ ਹੋਏ ਕਿ ਅੱਜ ਤੱਕ ਦਿਖਾਈ ਨਹੀਂ ਸੀ ਦਿੱਤੇ। ਇਸ ਮੁਸੀਬਤ 'ਚ ਸ਼ਿੰਦੇ ਨੇ ਹੀ ਉਹਨੂੰ ਆਸ ਦੀ ਕਿਰਨ ਦਿਖਾਈ ਸੀ ਅਤੇ ਉਹ ਵਿਚਾਰਾ ਦਿਨ ਰਾਤ ਇੱਕ ਕਰਕੇ ਮਸਾਂ ਸੁੰਦਰ ਦੇ ਭੁੱਕੀ ਵੇਚਣ ਦੀ ਸੂਹ ਕੱਢ ਸਕਿਆ ਸੀ। ਉਸੇ ਸੁੰਦਰ ਨੂੰ ਫੜਨ ਦੀਆਂ ਯੋਜਨਾਵਾਂ ਬਣਾਉਂਦਾ ਉਹ ਸਾਰੀ ਰਾਤ ਪਾਸੇ ਪਰਤਦਾ ਰਿਹਾ, ਡਰਦਾ ਰਿਹਾ ਕਿਧਰੇ ਕੋਈ ਹੋਰ ਹੀ ਰੇਡ ਨਾ ਮਾਰ ਦੇ, ਕਿਧਰੇ ਕੋਈ ਪੁਲਸੀਆ ਹੀ ਸੁੰਦਰ ਨੂੰ ਭੇਤ ਦੇ ਆਵੇ, ਅਤੇ ਸਾਰੀ ਰਾਤ ਜਾਗਦਾ ਰਿਹਾ ਅਤੇ ਪੀਰਾਂ ਫਕੀਰਾਂ ਨੂੰ ਧਿਆਉਂਦਾ ਰਿਹਾ। ਸਵੇਰੇ ਉੱਠਦਿਆਂ ਹੀ ਨਹਾ ਧੋ ਕੇ ਪਾਠ ਕੀਤਾ, ਵਰਦੀ ਕੱਸੀ, 2 ਵਫ਼ਾਦਾਰ ਸਿਪਾਹੀਆਂ ਨੂੰ ਨਾਲ ਲੈ ਕੇ ਤਾਰਿਆਂ ਦੀ ਛਾਵੇਂ ਸੁੰਦਰ ਦੇ ਕੋਠਿਆਂ ਵੱਲ ਕੂਚ ਕਰ ਦਿੱਤਾ। ਸ਼ਿੰਦੇ ਤੋਂ ਉਹਨੂੰ ਬਹੁਤ ਆਸ ਨਹੀਂ ਸੀ, ਲੱਗਦਾ ਸੀ ਐਵੇਂ 20 ਰੁਪਏ ਦੇ ਲਾਲਚ 'ਚ ਉਹਨੂੰ ਭਰਮਾ ਲਿਆ ਸੀ। ਨਹੀਂ, ਇਹ ਕਿਵੇਂ ਹੋ ਸਕਦਾ ਕਿ ਸੁੰਦਰ ਸ਼ਰੇਆਮ ਭੁੱਕੀ ਵੇਚਦਾ ਰਹੇ ਅਤੇ ਉਹਨੂੰ ਹਾਲੇ ਤੱਕ ਕਿਸੇ ਨੇ ਫੜਿਆ ਹੀ ਨਾ ਹੋਵੇ। ਫਿਰ ਵੀ ਕਿਸੇ ਆਸ ਦਾ ਬੱਜਾ ਉਹ ਤੁਰ ਆਇਆ ਸੀ। ਸੁੰਦਰ ਦੇ ਕੋਠੇ 'ਚੋਂ ਨਿਕਲਦੇ ਵੜਦੇ ਅਮਲੀਆਂ ਦੀ ਡਰ ਵੇਖ ਕੇ ਖੁਸ਼ੀ ਉਹ ਤੋਂ ਸਾਂਭੀ ਨਾ ਗਈ। ਉਹ ਚਾਹੁੰਦਾ ਤਾਂ 5-4 ਅਮਲੀਆਂ ਨੂੰ ਘੇਰ ਕੇ ਆਪਣੇ ਕੋਟੇ ਦੇ ਕੇਸ ਪੂਰੇ ਕਰ ਸਕਦਾ ਸੀ, ਪਰ ਉਹਨੇ ਜੜ ਨੂੰ ਹੀ ਹੱਥ ਪਾਉਣਾ ਠੀਕ ਸਮਝਿਆ। ਨਾਲੇ ਕੇਸ ਬਣਾਏਗਾ, ਨਾਲੇ ਸੁੰਦਰ ਤੋਂ ਮੋਟੀ ਫੀਸ ਲਏਗਾ। ਸੁੰਦਰ ਦੇ ਕੋਠਿਆਂ 'ਚ ਪੁੱਜ ਕੇ ਨਾਲ ਦੇ ਸਿਪਾਹੀਆਂ ਨੇ ਉਹਨੂੰ ਘੂਰਿਆ। ਸੁੰਦਰ ਨੂੰ ਫੜਨ ਦਾ ਕੀ ਮਤਲਬ? ਉਹ ਥਾਣੇਦਾਰ ਦਾ ਮੁਖਬਰ ਹੈ ਅਤੇ ਹਿੱਸੇਦਾਰ ਵੀ, ਅਤੇ ਜੇ ਬੁੱਧ ਸਿੰਘ ਥਾਣੇ ਹੀ ਦੱਸ ਦਿੰਦਾ ਉਹ ਕਾਸ ਨੂੰ ਲੱਤਾਂ ਤੜਾਉਂਦੇ। ਬੁੱਧ ਸਿੰਘ ਨੇ ਉਹਨਾਂ ਦੀ ਤਾੜਨਾ ਦੀ ਕੋਈ ਪਰਵਾਹ ਨਹੀਂ ਕੀਤੀ। ਹਿੱਸੇਦਾਰੀ ਦਾ ਮਤਲਬ ਹੁੰਦਾ ਹੈ ਅਗਲਾ ਲੁਕ ਛਿਪ ਕੇ ਕੰਮ ਕਰੇ, ਪੁਲਿਸ ਦੇ ਹੱਥ ਨਾ ਆਏ, ਰੰਗੇ ਹੱਥੀ ਫੜੇ ਜਾਣ 'ਤੇ ਛੱਡਣ ਦਾ ਠੇਕਾ ਨਹੀਂ ਹੁੰਦਾ। ਬੁੱਧ ਸਿੰਘ ਨੇ ਹਿੱਸੇਦਾਰੀ 'ਤੇ ਛੋਟਾ ਜਿਹਾ ਭਾਸ਼ਣ ਝਾੜਿਆ ਅਤੇ ਸੁੰਦਰ ਨੂੰ ਅੱਗੇ ਲਾ ਲਿਆ। ਹੋਇਆ ਉਹ ਜੋ ਸਿਪਾਹੀ ਕਹਿੰਦੇ ਸੀ, ਉਹ ਤਾਂ ਟੁੱਟੇ ਜਿਹੇ ਸਾਈਕਲ 'ਤੇ ਕੁਇੰਟਲ ਦੀ ਦੇਹ ਨੂੰ ਧੋਂਦਾ ਹਾਲੇ ਸ਼ਹਿਰ ਦੇ ਦਰਵਾਜ਼ੇ ਤੱਕ ਵੀ ਨਹੀਂ ਸੀ ਪੁੱਜਿਆ ਕਿ ਸੁੰਦਰ ਦੀ ਵੈਲੀ ਪੁੱਤ ਨਵੇਂ ਮੋਟਰਸਾਈਕਲ ਉੱਤੇ ਸੀਟੀਆਂ ਮਾਰਦੇ ਥਾਣੇ ਵੀ ਅੱਪੜ ਗਏ। ਓਏ, ਤੈਨੂੰ ਆਪਣਾ ਮੁਖਬਰ ਇੱਥੇ ਆਇਆ ਸੀ ਫੜਨ ਨੂੰ? ਹੋਰ 48 ਪਿੰਡ ਮਰ ਮੁੱਕ ਗਏ, ਆ ਬੋਰੀ ਜੀ ਚੁੱਕ ਕੇ ਮਾਲਖਾਨੇ 'ਚ ਰੱਖ ਦੇ, ਫਿਰ ਕੰਮ ਆਜੂ, ਇਹਨੂੰ ਜਾਣ ਦੇ ਪਰੇ। ਥਾਣੇ ਵੜਦਿਆਂ ਕੁਰਸੀ ਤੋਂ ਬੁੜਕ ਬੁੜਕ ਉੱਠਦੇ ਥਾਣੇਦਾਰ ਨੇ ਉਹਨੂੰ ਝਾੜ ਪਾਈ। ਬੁੱਧ ਸਿੰਘ ਨੇ ਚੋਰ ਅੱਖ ਨਾਲ ਦੇਖਿਆ, ਸੁੰਦਰ ਮਲਕੜੇ ਜਿਹੇ ਥਾਣੇਦਾਰ ਦੇ ਬਰਾਬਰ ਪਈ ਕੁਰਸੀ 'ਤੇ ਬੈਠ ਚੁੱਕਾ ਸੀ। ਉਹਦੇ ਮੁੰਡੇ ਨਾਲੇ ਗਰਮ ਗਰਮ ਚਾਹ ਦੀਆਂ ਚੁਸਕੀਆਂ ਲੈ ਰਹੇ ਸੀ, ਨਾਲੇ ਮੁੱਛਾਂ ਨੂੰ ਵੱਟ ਦੇ ਰਹੇ ਸੀ। ਬੁੱਧ ਸਿੰਘ ਦਾ ਚਿਹਰਾ ਭਖਣ ਲੱਗਾ। ਲੱਖ ਯਤਨ ਕਰਨ 'ਤੇ ਵੀ ਉਹ ਆਪਣੀਆਂ ਕੰਬਦੀਆਂ ਲੱਤਾਂ ਨੂੰ ਰੋਕ ਨਾ ਸਕਿਆ। ਮੱਥੇ 'ਤੇ ਟਪਕੀਆਂ ਪਸੀਨੇ ਦੀਆਂ ਬੂੰਦਾਂ ਘਰਾਲ ਬਣ ਕੇ ਉਹਦੀ ਧੌਣ ਤੱਕ ਅੱਪੜ ਗਈਆਂ। ਬਿਟਰ ਬਿਟਰ ਤੱਕਦੀਆਂ ਉਹਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਨੇ ਥਾਣੇਦਾਰ ਨੂੰ ਮਹੀਨੇ ਦਾ ਆਖਰੀ ਦਿਨ ਹੋਣ ਦੀ ਯਾਦ ਦਵਾਈ। ਸੁੰਦਰ ਨੇ ਉਹਦੀਆਂ ਸਵਾਲੀਆਂ ਅੱਖਾਂ 'ਤੇ ਰਹਿਮ ਖਾਧਾ। ਉਹ ਸਮਗਲਰ ਜ਼ਰੂਰ ਸੀ, ਪਰ ਮਤਲਬ ਹੀ ਨਹੀਂ। ਆਪਣੇ 'ਤੇ ਹੋਏ ਅਹਿਸਾਨਾਂ ਦਾ ਬਦਲਾ ਉਹਨੇ ਤੁਰਤ ਫੁਰਤੀ ਲਾ ਦਿੱਤਾ। ਮਲਕੜੇ ਜਿਹਾ ਉਹਨੇ ਥਾਣੇਦਾਰ ਦੇ ਕੰਨ 'ਚ ਫੂਕ ਮਾਰੀ ਅਤੇ ਥਾਣੇਦਾਰ ਨੇ ਹੌਲਦਾਰ ਦੇ ਜਾਂ ਚੁੱਕ ਲਿਆ ਮੰਗੂ ਨੂੰ, ਤੂਤਾਂ ਵਾਲੇ ਖੂਹ 'ਤੇ ਭੱਠੀ ਲਾਈ ਬੈਠਾ, ਦੇਖਿਆ ਮੁਖਬਰੀ? ਨਾਲੇ ਆਪਣੇ ਭੱਠੀਆਂ ਦੇ ਕੇਸ ਘੱਟ ਨੇ, ਡੋਡਿਆਂ ਦਾ ਤਾਂ ਪਹਿਲਾਂ ਹੀ ਟਰੱਕ ਫੜੀ ਬੈਠੇ ਆ। ਥਾਣੇਦਾਰ ਨੇ ਉਹਦੀ ਪਿੱਠ ਵੀ ਥਾਪੜੀ 'ਤੇ ਘੁੱਟ ਕੇ ਹਿੱਕ ਨਾਲ ਵੀ ਲਾਇਆ। ਬਾਗੋ ਬਾਗ ਹੋਏ ਬੁੱਧ ਸਿੰਘ ਦੀ ਅੱਖਾਂ ਚੀਤੇ ਵਾਂਗ ਚਮਕ ਉੱਠੀਆਂ, ਪਸੀਨਾ ਪੂੰਝ ਕੇ ਪਰਾਂ ਸੁੱਟਿਆ ਅਤੇ ਸਾਈਕਲਾਂ ਦੇ ਮੂੰਹ ਤੂਤਾਂ ਵਾਲੇ ਖੂਹ ਵੱਲ ਮੋੜ ਲਏ। ਤਾਜ਼ੇ ਲਾਹਣ ਦੀ ਮਿੰਨੀ ਮਿੰਨੀ ਖੁਸ਼ਬੂ ਵਾਲੇ ਹਵਾ ਦੇ ਪਹਿਲੇ ਬੁੱਲੇ ਨੇ ਬੁੱਧ ਸਿੰਘ ਨੂੰ ਨਸ਼ਿਆ ਦਿੱਤਾ। ਸਿਪਾਹੀਆਂ ਨੇ ਬੁੱਲਾਂ 'ਤੇ ਜੀਭ ਫੇਰੀ, ਪਹਿਲੇ ਤੋੜ ਦੀ ਗਰਮ ਗਰਮ ਸ਼ਰਾਬ ਪੀਂਦਿਆਂ ਜਿਵੇਂ ਯੋਗੀ ਬੀਤ ਗਏ ਸੀ।
ਮੋਟਰ ਵਾਲੇ ਕੋਠੇ 'ਚ ਵੜਦਿਆਂ ਹੀ ਸਿਪਾਹੀ ਮੰਗੂ ਦੀਆਂ 20-20 ਲੀਟਰ ਦੀਆਂ ਕੇਨੀਆਂ 'ਤੇ ਝਪਟ ਪਏ। ਪੁਰਾਣੇ ਸਿਪਾਹੀ ਨੇ ਟੈਸਟ ਨਾਲ ਹੀ ਸਾਰ ਲਿਆ, ਪਰ ਨਵੇਂ ਤੋਂ ਰਹਿ ਨਾ ਹੋਇਆ। ਝਿਜਕਣੇ ਨੇ ਉਹਦੇ ਟੀਨ ਦੇ ਡੱਬੇ ਨਾਲ ਹੀ ਲੌਂਗ ਲੈਚੀਆਂ ਵਾਲੀ ਸ਼ਰਾਬ ਦੇ 2 ਵੱਡੇ ਸਾਰੇ ਪੈਗ ਅੰਦਰ ਸੁੱਟ ਲਏ। ਮੰਗੂ ਨੇ ਬਥੇਰੇ ਮਿੰਨਤਾਂ ਤਰਲੇ ਕੀਤੇ, ਸ਼ਰਾਬ ਜਾਂ ਭੱਠੀ ਨਾਲ ਉਹਦਾ ਕੋਈ ਵਾਸਤਾ ਨਹੀਂ। ਇਹ ਤਾਂ ਪਿੰਡ ਦੇ ਸਰਪੰਚ ਨੇ ਲਗਵਾਈ ਸੀ, ਉਹਨੇ ਵੀ ਕਿਹੜਾ ਵੇਚਣੀ ਸੀ। ਉਹ ਤਾਂ ਅਗਲੇ ਮਹੀਨੇ ਪਿੰਡ ਹੋਣ ਵਾਲੀ ਸਿਆਸੀ ਪਾਰਟੀ ਦੇ ਇਜਲਾਸ ਦੀ ਤਿਆਰੀ ਕਰ ਰਿਹਾ ਸੀ। ਤੇਰੇ ਸਰਪੰਚ ਨੂੰ ਵੀ ਸਮਝ ਲੂੰਗਾ ਮੈਂ, ਉਹ ਵੀ ਜੁਰਮ ਦਾ ਭਾਗੀ ਹੈ। ਬੁੱਧ ਸਿੰਘ ਆਪਣੀਆਂ ਨਿੱਕੀਆਂ ਨਿੱਕੀਆਂ ਮੁੱਛਾਂ ਨੂੰ ਤਾ ਦਿੱਤਾ ਅਤੇ 2-4 ਉਹਦੀ ਧੌਣ 'ਚ ਜੜ ਦਿੱਤੀਆਂ। ਕੰਬਦੇ ਕੰਬਦੇ ਮੰਗੂ ਨੇ ਚਾਦਰੇ ਦੀ ਡੱਬ 'ਚੋਂ ਕੱਢ ਕੇ 20-20 ਦੇ ਨੋਟਾਂ ਦੀਆਂ 5-4 ਬੱਤੀਆਂ ਉਹਦੀ ਜੇਬ ਚੜਾਉਣ ਦੀ ਕੋਸ਼ਿਸ਼ ਕੀਤੀ। ਬੁੱਧ ਸਿੰਘ ਨੇ ਇੱਕੋ ਝਟਕੇ ਨਾਲ ਨੋਟਾਂ ਨੂੰ ਧਰਤੀ 'ਤੇ ਬਖੇਰ ਦਿੱਤਾ। ਸਿਪਾਹੀਆਂ ਦਾ ਜੀ ਲਲਚਾਇਆ। ਬੁੱਧ ਸਿੰਘ ਦੀਆਂ ਅੱਖਾਂ 'ਚ ਵਰਸਦੀ ਅੱਗ ਦੇਖ ਕੇ ਉਹ ਦੜ ਵੱਟ ਗਏ। ਚਲੋ 20-20 ਲੀਟਰ ਵਾਲੀ ਸ਼ਰਾਬ ਵੀ ਬਹੁਤ ਹੈ, ਨਾਲੇ ਹਫ਼ਤਾ ਰੱਜ ਰੱਜ ਪੀਣਗੇ, ਨਾਲੇ 100-100 ਦੀ ਵੇਚਣਗੇ। ਬੁੱਧ ਸਿੰਘ ਲਿਖਾ ਪੜ੍ਹੀ ਕਰਦਾ ਰਿਹਾ ਅਤੇ ਉਹ ਪਿੱਪਲ ਹੇਠਾਂ ਬੈਠੇ ਹਿੱਸੇ ਪਾਉਂਦੇ ਰਹੇ। ਬੁੱਧ ਸਿੰਘ ਨੂੰ ਸਮਝ ਨਾ ਆਈ ਕਿ ਘੰਟੇ 'ਚ ਹੀ ਥਾਂ ਥਾਂ ਤਾਰਾਂ ਕਿਵੇਂ ਖੜਕ ਗਈਆਂ। ਉਹਨੇ ਹਾਲੇ ਲਿਖਾ ਪੜ੍ਹੀ ਪੂਰੀ ਵੀ ਨਹੀਂ ਸੀ ਕੀਤੀ ਕਿ DSP ਦਾ ਅਰਦਲੀ ਰੁੱਕਾ ਲੈ ਕੇ ਆ ਧਮਕਿਆ। MLA ਆਪਣੇ ਸਾਹਿਬ ਕੋਲ ਬੈਠਾ, ਸਾਹਿਬ ਦਾ ਹੁਕਮ ਹੈ, ਉਹਨੂੰ ਬਿਨਾਂ ਪੁੱਛੇ ਕੋਈ ਕਾਰਵਾਈ ਨਾ ਕੀਤੀ ਜਾਏ। ਬੁੱਧ ਸਿੰਘ ਨਿਆਣਾ ਨਹੀਂ ਸੀ ਵੀ ਸਮਝ ਨਾ ਸਕੇ ਕਿ ਕੀ ਹੁਕਮ ਮਿਲਣ ਵਾਲਾ ਹੈ। ਹੜਕੇ ਹੌਲਦਾਰ ਨੇ ਠੁੱਡਾ ਮਾਰ ਕੇ ਸਾਰਾ ਸਮਾਨ ਇੱਧਰ ਉੱਧਰ ਖੰਡਾ ਦਿੱਤਾ। ਟੁੱਟਾ ਸਾਈਕਲ ਮੁੜ ਸਾਹਿਬ ਦੀ ਕੋਠੀ ਦਾ ਰਸਤਾ ਨਾਪਣ ਲੱਗਾ। ਬੇਟਾ ਤੂੰ ਇਸ ਹਲਕੇ 'ਚ ਨਵਾਂ ਨਵਾਂ ਆਇਆ, ਪਹਿਲਾਂ ਬੰਦਾ ਪਰਖ ਲਈਦਾ ਹੈ, ਫਿਰ ਹੱਥ ਪਾਈਦਾ। ਬੁੱਢੇ ਸਾਹਿਬ ਨੇ ਉਹਨੂੰ ਧੀਆਂ ਪੁੱਤਾਂ ਵਾਂਗ ਸਮਝਾਇਆ। ਇੱਕ ਵਾਰ ਜਦੋਂ ਹੱਥ ਝਾੜ ਕੇ ਉਹ ਥਾਣੇ ਵੜਿਆ ਤਾਂ ਸੂਰਜ ਸਿਰ 'ਤੇ ਚੜ੍ਹ ਆਇਆ ਸੀ। 30-40 ਕਿਲੋਮੀਟਰ ਸਾਈਕਲ ਚਲਾ ਕੇ ਉਹਦੇ ਗੋਡਿਆਂ ਦਾ ਦਰਦ ਤੇਜ਼ ਹੋ ਚੱਲਿਆ ਸੀ। ਮੁਨਸ਼ੀ ਦੀ ਰਿਪੋਰਟ ਤਿਆਰ ਸੀ, ਉਸ ਵਾਲਾ ਖਾਨਾ ਹੀ ਖਾਲੀ ਸੀ। ਥੱਕਿਆ ਹਾਰਿਆ ਉਹ ਖੂੰਜੇ 'ਚ ਪਏ ਵਾਣ ਦੇ ਮੰਜੇ 'ਚ ਢੇਰ ਹੋ ਗਿਆ। ਹੁਣ ਤੱਕ ਜੋ ਕੁਝ ਉਸ ਨਾਲ ਵਾਪਰਿਆ ਸੀ ਉਸ ਤੋਂ ਉਹਨੂੰ ਯਕੀਨ ਹੋ ਗਿਆ ਸੀ ਕਿ ਕੱਲ੍ਹ ਉਹਨੂੰ ਪੁਲਿਸ ਲਾਈਨ ਹਾਜ਼ਰ ਹੋਣਾ ਹੀ ਪੈਣਾ ਸੀ। ਆ ਉਸਤਾਦ, ਦੁਪਹਿਰ ਵਾਲੀ ਗੱਡੀ ਚੈੱਕ ਕਰੀਏ, ਇਸ ਗੱਡੀ 'ਚੋਂ ਕਈ ਵਾਰ ਭਈਏ ਅਫੀਮ ਲੈ ਕੇ ਉਤਰਦੇ ਨੇ, ਕੀ ਪਤਾ ਰੱਬ ਸੁਣ ਲਵੇ। ਇੱਕ ਬੁੱਢੇ ਸਿਪਾਹੀ ਨੇ ਉਹਨੂੰ ਕੱਚੀ ਨੀਂਦ 'ਚੋਂ ਉਠਾਇਆ, ਉਹ ਡਰ ਜਿਹਾ ਗਿਆ। ਇੱਕ ਵਾਰ ਦਿਲ ਕੀਤਾ ਚੁੱਪ ਕਰਕੇ ਘੇਸਲ ਵੱਟੀ ਰੱਖੇ, ਉਹ ਕੇਸ ਨਹੀਂ ਫੜ ਸਕਦਾ, ਹੋ ਸਕਦਾ ਨਾਲ ਦੇ ਤਫਤੀਸ਼ੀਆਂ ਦੀ ਕੋਈ ਚਾਲ ਹੋਵੇ। ਸੋਚਦੇ ਹੋਣਗੇ ਦਫਾ ਹੋਊ, ਪਰ ਦਫਾ ਹੋ ਕੇ ਪੁਲਿਸ ਲਾਈਨ ਜਾਣ ਦੇ ਡਰ ਨੇ ਉਹਨੂੰ ਤਾਕਤ ਬਖਸ਼ੀ ਅਤੇ ਇੱਕ ਵਾਰ ਫਿਰ ਤਿਆਰ ਹੋ ਗਿਆ। ਬਿਨਾਂ ਵਰਦੀ ਉਹ ਸਟੇਸ਼ਨ ਦੀ ਗਸ਼ਤ ਕਰਨ ਲੱਗੇ। ਬੁੱਢੇ ਸਿਪਾਹੀ ਦੀਆਂ ਤਜਰਬੇਦਾਰ ਅੱਖਾਂ ਨੇ ਕਰਾਮਾਤ ਦਿਖਾਈ। ਪਹਿਲੇ ਹੀ ਭਈਏ ਦੇ ਪੀਪੇ 'ਚੋਂ ਉਹਨੇ 3 ਕਿਲੋ ਫੀਮ ਕੱਢ ਲਈ। ਭਈਏ ਨੇ ਟੁੱਟੀ ਭੱਜੀ ਪੰਜਾਬੀ ਬੋਲ ਕੇ ਜ਼ਿਲ੍ਹੇ ਦੇ ਨਾਮੀ ਸਮੱਗਲਰ ਦਾ ਕਰਿੰਦਾ ਹੋਣ ਦਾ ਰੋਗ ਪਾਇਆ। ਬੁੱਧ ਸਿੰਘ ਦੀਆਂ ਨਸਾਂ ਕੱਸੀਆਂ ਗਈਆਂ। ਭਈਏ ਦੇ ਮੋਹਰਾਂ 'ਚ ਡੰਡੇ ਵਰਸਾ ਕੇ ਉਹਨੇ ਸਮੱਗਲਰ ਦਾ ਸਵਾਗਤ ਕੀਤਾ। ਉਸਤਾਦ, ਅਫੀਮ ਅਸਲੀ ਹੈ, ਪੂਰੇ 3,000 ਦੀ ਵਿਕ ਸਕਦੀ ਹੈ, ਜਿਹਨੂੰ ਮਰਜ਼ੀ ਦੇ ਦਿਓ। ਇੱਕ ਸਿਪਾਹੀ ਨੇ ਭੋਰਾ ਕੋ ਅਫੀਮ ਮੂੰਹ 'ਚ ਪਾ ਕੇ ਅਫੀਮ ਦੀ ਤਾਰੀਫ ਕੀਤੀ। ਭਈਆ ਵੀ ਘੱਟ ਤਜਰਬੇਕਾਰ ਨਹੀਂ ਸੀ, ਪਿਸ਼ਾਬ ਦੇ ਬਹਾਨੇ ਉਹ ਬੁੱਢੇ ਸਿਪਾਹੀ ਨੂੰ ਇੱਕ ਪਾਸੇ ਲੈ ਗਿਆ। ਜਦੋਂ ਵਾਪਸ ਆਇਆ ਸਿਪਾਹੀ ਦੀ ਜੇਬ 'ਚ 2,000 ਦੇ ਨੋਟਾਂ ਦੀ ਗੁੱਟੀ ਸੀ, 3 ਦੀ ਅਫੀਮ, 2 ਨਗਦ। ਬਣ ਗਈ ਦਿਹਾੜੀ ਉਸਤਾਦ, ਸਿਪਾਹੀ ਨੇ ਜੇਬ ਦਾ ਢੱਕਣ ਚੁੱਕ ਕੇ ਬੁੱਧ ਸਿੰਘ ਨੂੰ ਲਕਸ਼ਮੀ ਦੇ ਦਰਸ਼ਨ ਕਰਾਏ। ਭਈਏ ਦੇ 2-4 ਪੋਲੇ ਪੋਲੇ ਥੱਪੜੇ ਜੜੇ। ਹੌਲਦਾਰ ਤੋਂ ਬਿਨਾਂ ਪੁੱਛੇ ਭਈਏ ਨੂੰ ਭੱਜ ਜਾਣ ਅਤੇ ਮੁੜੇ ਸ਼ਹਿਰ ਨਾ ਵੜਨ ਦਾ ਹੁਕਮ ਵੀ ਸੁਣਾ ਦਿੱਤਾ। ਉਹ ਇਹ ਛੋਟਾ ਮੋਟਾ ਮੁਕੱਦਮਾ ਤਾਂ ਬਣਾ ਹੀ ਦਿੰਦੇ, ਸ਼ਾਮ ਨੂੰ ਕੀ ਰਿਪੋਰਟ ਦੇਵਾਂਗੇ? ਸਾਰੇ ਤਫਤੀਸ਼ੀਆਂ ਦੇ ਕੋਟੇ ਨਾਲੋਂ ਵੱਧ ਕੇਸ ਫੜੇ ਹੋਏ ਨੇ, ਮੈਂ ਹੀ ਰਹਿਣਾ। ਹੌਲਦਾਰ 2 ਚਿੱਤੀ 'ਚ ਸੀ, ਨਾ ਉਹਦਾ ਦਿਲ ਘਰ ਆਈ ਮਾਇਆ ਨੂੰ ਮੋੜਨ ਨੂੰ ਕਰਦਾ ਸੀ, ਨਾ ਹੀ ਬਿਨਾਂ ਕੇਸ ਬਣਾਏ ਮੁਲਜ਼ਮ ਨੂੰ ਛੱਡਣ ਦਾ। ਜੇ ਇਹਨੂੰ ਥਾਣੇ ਲੈ ਜਾਂਦੇ ਤਾਂ ਸਾਡੀ ਪੋਲ ਨਾ ਖੁੱਲ ਜਾਂਦੀ, ਹਰ ਕਿਸੇ ਨੇ ਹਿੱਸਾ ਮੰਗਣਾ ਸੀ। ਹੋ ਸਕਦਾ ਕਿਸੇ ਅਫਸਰ ਦਾ ਟੈਲੀਫੋਨ ਹੀ ਆ ਜਾਂਦਾ, ਅਤੇ ਜਦੋਂ ਦਾ ਨਵਾਂ ਕਾਨੂੰਨ ਬਣਿਆ ਅਗਲੇ ਦੀ ਜਾਨ ਨਿਕਲ ਜਾਂਦੀ ਹੈ ਜਦੋਂ ਕੁਛ ਫੜਿਆ ਜਾਂਦਾ। 10 ਸਾਲ ਕੈਦ ਅਤੇ 1,00,000 ਜੁਰਮਾਨਾ ਕੋਈ ਮਖੌਲ ਨਹੀਂ। ਸਿਪਾਹੀ ਨੇ ਸਫਾਈ ਪੇਸ਼ ਕੀਤੀ, ਕੇਸ ਵੀ ਫੜਾ ਦਿੰਦੇ ਹਾਂ, ਚਲੋ ਫਿਰ ਸਾਂਸੀਆਂ ਦੀਆਂ ਕੁੱਲੀਆਂ ਵੱਲ ਚੱਲੀਏ, ਉੱਥੇ ਹੋਊ ਤੇਰੀ ਖਾਨਾ ਪੂਰੀ। ਕੁਝ ਕੁ ਸੋਚ ਕੇ ਸਿਪਾਹੀ ਨੇ ਤਰਕੀਬ ਸੋਚੀ, ਝੱਟ ਆਪਣਾ ਸ਼ਿਕਾਰ ਲੱਭਣ ਲਈ ਕੁੱਲੀਆਂ ਵੱਲ ਹੋ ਗਏ। ਓਏ ਆ ਓਏ ਧੰਨਿਆ, ਆ ਲੈ 50 ਦਾ ਨੋਟ ਅਤੇ ਇੱਥੇ ਲਾ ਦੇ ਅੰਗੂਠਾ, ਆਹ ਸਰਦਾਰ ਨਵਾਂ ਆਇਆ, ਇੱਕ ਛੋਟਾ ਜਿਹਾ ਕੇਸ ਚਾਹੀਦਾ, ਕਚਹਿਰੀ 'ਚ ਤੇਰਾ ਇਕਬਾਲ ਕਰਾ ਦੇਵਾਂਗੇ, ਖਰਚਾ ਵੀ ਸਾਰਾ ਅਸੀਂ ਕਰਾਂਗੇ। ਢਾਬ 'ਤੇ ਖੜ੍ਹੇ ਧੰਨੇ ਨੂੰ ਆਵਾਜ਼ ਮਾਰ ਕੇ ਬੁੱਢੇ ਸਿਪਾਹੀ ਨੇ 50 ਦਾ ਨੋਟ ਦਿਖਾਇਆ। ਨਾ ਵੀ ਸਰਦਾਰਾ, ਪਿਛਲੀ ਵਾਰੀ ਵੱਡੇ ਸਰਦਾਰ ਨੇ ਉਹ ਹੀ ਆਖਿਆ ਸੀ, ਪਿੱਛੋਂ 50 ਬੋਤਲਾਂ ਦਾ ਕੇਸ ਬਣਾ ਤਾ, ਹੁਣ ਤੱਕ ਤਰੀਕਾਂ ਪੈਂਦੀਆਂ, ਨਾਲੇ ਮੈਂ ਤਾਂ ਵਿਆਹ ਜਾਣਾ। ਟਾਲੇ ਲਾਉਂਦਾ ਧੰਨਾ ਲੰਬੀਆਂ ਪੁਲੰਘਾਂ ਪੁੱਟਦਾ ਕੁੱਲੀ 'ਚ ਜਾ ਵੜਿਆ।
ਪਤਾ ਨਹੀਂ ਸਾਂਸੀਆਂ ਨੂੰ ਕੀ ਸੱਪ ਸੁੰਘ ਗਿਆ ਸੀ। ਅੱਗੇ ਤਾਂ ਕਦੇ ਕਿਸੇ ਨੇ ਜਵਾਬ ਨਹੀਂ ਸੀ ਦਿੱਤਾ। ਅੱਜ ਨਾ ਤਾਂ ਧੰਨੇ ਨੇ ਧੰਨੇ 'ਤੇ 50 ਦੇ ਨੋਟ ਦਾ ਅਸਰ ਹੋਇਆ, ਨਾ ਸ਼ੀਸ਼ੇ ਵਾਂਗ ਚਮਕਦੀ ਅਫੀਮ ਨੱਥੂ ਨੂੰ ਭਰਮਾ ਸਕੀ। ਉਲਟਾ ਕੁੱਲੀਆਂ 'ਚ ਘੁਸਰ ਮੁਸਰ ਹੋਣ ਲੱਗ ਪਈ। ਕਦੀ ਮੁੰਡੇ ਖੁੰਡੇ ਅਤੇ ਬੁੱਢੇ ਠੇਰੇ ਉਹਨਾਂ ਨੰਬਰਦਾਰ ਦੇ ਘਰੇ ਇਕੱਠੇ ਹੁੰਦੇ ਦੇਖੇ। ਇੱਥੋਂ ਜਾਓ ਬਈ ਸਰਦਾਰੋ, ਅਸੀਂ ਹੁਣ ਇਹ ਧੰਦਾ ਨਹੀਂ ਕਰਨਾ, ਕੋਈ ਹੋਰ ਥਾਂ ਲੱਭੋ। ਅਖੀਰ ਨੰਬਰਦਾਰ ਨੇ ਉਹਨੂੰ 100 ਦੀ ਇੱਕ ਸੁਣਾਈ। ਅਸੀਂ ਦੂਜੇ ਲੋਟ ਵੀ ਲੈ ਲਾਂਗੇ, ਹਰਖੇ ਬੁੱਧ ਸਿੰਘ ਨੇ ਆਖਰੀ ਵਾਰ ਕੀਤਾ। ਦੂਜਾ ਲੋਟ ਸਾਨੂੰ ਵੀ ਆਉਂਦਾ, ਜਿਸ ਦਿਨ ਕਿਸੇ ਨੇ ਜੁਰਮ ਕੀਤਾ ਜੀ ਸਦਕੇ ਕੇਸ ਬਣਾ ਦਿਓ, ਅਸੀਂ ਝੂਠੇ ਕੇਸ ਨਹੀਂ ਭੁਗਤਣੇ। ਦੇਖਦੇ ਦੇਖਦੇ ਇੱਕ ਇੱਕ ਕਰਕੇ ਜੁੜਦੇ ਨੌਜਵਾਨਾਂ ਨੇ ਨੰਬਰਦਾਰ ਦੇ ਪਿੱਛੇ ਦੀਵਾਰ ਜੀ ਬਣਾ ਲਈ। ਬੁੱਢੇ ਸਿਪਾਹੀ ਦੇ ਪਾਰਖੂ ਕੰਨਾਂ ਨੇ ਕੁੱਲੀਆਂ 'ਚ ਛਣਕਦੇ ਤਕਲੇ ਦਾਤੀਆਂ ਅਤੇ ਖੁਰਪਿਆਂ ਦੀਆਂ ਆਵਾਜ਼ਾਂ ਸੁਣੀਆਂ। ਆਪਾਂ ਬਿਨਾਂ ਵਰਦੀ ਤੋਂ ਹਾਂ, ਕੋਈ ਪੰਗਾ ਨਾ ਪੈ ਜੇ, ਜ਼ਰੂਰ ਇੱਥੇ ਉਹ ਸਿਰ ਫਿਰੇ ਡਰਾਮਾ ਖੇਡ ਗਏ ਹੋਣਗੇ ਜਿਹੜੇ ਇਹ ਇਉਂ ਚਬਰ ਚਬਰ ਬੋਲਦੇ ਨੇ। ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਥਾਣੇਦਾਰ 'ਤੇ ਹਮਲਾ ਕੀਤਾ ਸੀ, ਪਿੱਛੋਂ ਕਿਸੇ ਭੜੂਏ ਨੇ ਨਹੀਂ ਪੁੱਛਣਾ, ਅਫਸਰ ਵੀ ਇਹਨਾਂ ਦਾ ਹੀ ਪੱਖ ਲੈਣਗੇ। ਉਹਨੇ ਇਸ਼ਾਰੇ ਨਾਲ ਬੁੱਧ ਸਿੰਘ ਨੂੰ ਸਮਝਾਇਆ। ਦਿਲ ਬੁੱਧ ਸਿੰਘ ਦਾ ਵੀ ਹੇਠਾਂ ਉੱਪਰ ਹੋ ਰਿਹਾ ਸੀ, ਟੱਕਰ ਟਾਲ ਕੇ ਉਹਨਾਂ ਸੁੱਖ ਦਾ ਸਾਹ ਲਿਆ। ਪਰਛਾਵੇਂ ਲੰਬੇ ਹੋ ਚੱਲੇ ਸੀ। ਸੂਰਜ ਦੀਆਂ ਆਖਰੀ ਕਿਰਨਾਂ ਨੂੰ ਦੇਖ ਕੇ ਹੌਲਦਾਰ ਨੂੰ ਯਕੀਨ ਹੋ ਗਿਆ ਕਿ ਇਸ ਥਾਣੇ ਵਿੱਚ ਉਹਦੇ ਵੀ ਗਿਣਵੇਂ ਘੰਟੇ ਰਹਿੰਦੇ ਸੀ। ਗਰਦਨ ਸੁੱਟੀ ਕੀੜੀ ਦੀ ਤੋਰ ਤੁਰਦੇ ਉਹ ਥਾਣੇ ਵੱਲ ਵਧਣ ਲੱਗੇ। ਬੁੱਧ ਸਿੰਘ ਦੀ ਥਾਣੇ ਜਾਣ ਨੂੰ ਵੱਡੀ ਰੂਹ ਨਹੀਂ ਸੀ ਕਰਦੀ, ਬਾਰ ਬਾਰ ਉਹ ਪਛਤਾ ਰਿਹਾ ਸੀ। ਉਹਨੂੰ ਲਾਲਚ ਨਹੀਂ ਸੀ ਕਰਨਾ ਚਾਹੀਦਾ, ਭਈਏ 'ਤੇ ਕੇਸ ਬਣਾਉਣਾ ਚਾਹੀਦਾ ਸੀ। ਪੈਸੇ ਦਾ ਕੀ ਸੀ, ਸਾਰਾ ਮਹੀਨਾ ਹੀ ਕਮਾਈ ਕਰਨੀ ਸੀ। ਐਵੇਂ ਸਿਪਾਹੀਆਂ ਦੀਆਂ ਗੱਲਾਂ 'ਚ ਆ ਗਿਆ, ਇਹਨਾਂ ਦਾ ਕੀ ਹੈ, ਪੈਸਿਆਂ ਨਾਲ ਜੇਬਾਂ ਭਰ ਲਈਆਂ, ਕੋਈ ਪੁੱਛ ਨਹੀਂ ਪੜਤਾਲ ਨਹੀਂ, ਅਤੇ ਉਹਨਾਂ ਦੀ ਜੂਨ ਬੁਰੀ ਹੈ। ਜੇ ਇੱਕ ਮਹੀਨੇ ਵੀ ਕੇਸ ਨਾਲ ਫੜਿਆ ਜਾਏ ਤਾਂ ਚਲੋ ਲਾਈਨ ਹਾਜ਼ਰ। ਬੇਧਿਆਨੇ ਜੇ ਬੁੱਧ ਸਿੰਘ ਦਾ ਹੱਥ ਨੋਟਾਂ ਵਾਲੀ ਜੇਬ ਨਾਲ ਟਕਰਾਇਆ। ਨੋਟਾਂ ਦਾ ਥੱਬਾ ਸੀ ਪਰ ਖੁਸ਼ੀ ਦਾ ਕਿਣਕਾ ਵੀ ਨਹੀਂ ਸੀ। ਜੇ ਕਿਧਰੇ ਕੱਬਾ ਸਾਹਿਬ ਉੱਪਰ ਨਾ ਬੈਠਾ ਹੁੰਦਾ ਤਾਂ ਉਹ ASI ਬ੍ਰਾਂਚ ਵਾਲਿਆਂ ਨੂੰ 100 ਦਾ ਨੋਟ ਬਥੇਰਾ ਸੀ, ਉਹਨਾਂ ਸਾਰੀ ਦੀ ਸਾਰੀ ਰਿਪੋਰਟ ਹਜ਼ਮ ਕਰ ਜਾਣੀ ਸੀ। ਇਹ ਪਤਾ ਨਹੀਂ ਕਿਹੋ ਜਿਹੇ ਬੀਜ ਦਾ ਪੈਦਾਇਸ਼ ਸੀ, ਅੱਖਰ ਅੱਖਰ ਆਪ ਦੇਖਦਾ ਸੀ, ਮਜਾਲ ਇੱਕ ਕੇਸ ਵੀ ਘੱਟ ਰਹਿ ਜਾਏ। ਹੱਡਾ ਰੋੜੀ ਦੀ ਬੂ ਨੇ ਉਹਦਾ ਧਿਆਨ ਉਖੇੜਿਆ। ਪੱਗ ਦਾ ਲੜ ਮੂੰਹ ਦੁਆਲੇ ਲਪੇਟ ਕੇ ਉਹਨੇ ਦੂਰ ਤੱਕ ਨਜ਼ਰ ਦੌੜਾਈ। ਗਿਰਜਾਂ ਕਿਸੇ ਕਈ ਦਿਨਾਂ ਦੇ ਮਰੇ ਗਧੇ ਦੀਆਂ ਹੱਡੀਆਂ ਨੋਚ ਰਹੀਆਂ ਸੀ। ਸਾਲੀਆਂ ਨੂੰ ਗਧਾ ਹੀ ਖਾਣ ਨੂੰ ਥਿਆਇਆ। ਦੋ ਚਾਰ ਗਾਲਾਂ ਕੱਢ ਕੇ ਬੁੱਧ ਸਿੰਘ ਨੇ ਸਾਈਕਲ ਤੇਜ਼ ਕਰ ਲਿਆ। ਹਾਲੇ 20 ਕਰਮਾਈ ਨਹੀਂ ਸੀ ਟੱਪੇ ਕਿ ਮਿਊਨਸਪੈਲਿਟੀ ਵੱਲੋਂ ਲਾਏ ਗੰਦ ਦੇ ਢੇਰ 'ਤੇ ਲੜਦੇ ਦੋ ਮੁੰਡਿਆਂ ਨੂੰ ਵੇਖ ਕੇ ਉਹਨੇ ਸਾਈਕਲ ਦੀ ਸਪੀਡ ਮੱਧਮ ਪੈ ਗਈ। ਉਹਨਾਂ 'ਚੋਂ 12 ਕੁ ਸਾਲ ਦਾ ਫੱਟੀ ਜੀ ਕੱਛਣੀ ਵਾਲਾ ਘੋਣ ਮੋਣ ਮੁੰਡਾ ਕੁਝ ਜ਼ਿਆਦਾ ਹੀ ਤੇਜ਼ ਸੀ। ਆਪਣੀ ਬਗਲੀ ਪਰਾਂ ਵਗਾ ਕੇ ਉਹਨੇ ਆਪਣਾ ਖੁਰਦਰਾ ਖੱਬਾ ਹੱਥ ਆਪ ਤੋਂ 1.5 ਫੁੱਟ ਉੱਚੇ ਮੁੰਡੇ ਦੀਆਂ ਬੋਦੀਆਂ ਨੂੰ ਪਾ ਲਿਆ ਸੀ। ਬੋਦੀਆਂ ਵਾਲੇ ਮੁੰਡੇ ਦੇ ਸਰੀਰ 'ਤੇ ਲਟਕਦਾ ਇੱਕੋ ਇੱਕ ਕੁੜਤਾ ਲੀਰੋ ਲੀਰ ਹੋਇਆ ਪਿਆ ਸੀ, ਸ਼ਾਇਦ ਇਸ ਘੋਨੇ ਨਹੀਂ ਕੀਤਾ ਸੀ। ਮੋਰੀਆਂ ਥਾਈਂ ਚਮਕਦੇ ਕਾਲੇ ਸਰੀਰ 'ਤੇ ਨੌਂਦਰਾਂ ਦੇ ਨਿਸ਼ਾਨ ਸਾਫ਼ ਦਿਖਾਈ ਦੇਣ ਲੱਗੇ, ਘੱਟ ਕਾਲਾ ਵੀ ਨਹੀਂ ਸੀ। ਉਹਨੇ ਆਪਣਾ ਸੱਜਾ ਹੱਥ ਘੋਨੇ ਦੀ ਕੱਛਣੀ 'ਤੇ ਨਾਲੇ ਚੜਾ ਲਿਆ। ਹੋਰ ਕੀ ਕਰਦਾ, ਨਾ ਉਹਦੇ ਸਿਰ 'ਤੇ ਕੋਈ ਵਾਲ ਸੀ, ਨਾ ਕੋਈ ਤੇੜ ਕੱਪੜਾ, ਖਾਲੀ ਬਚਦਾ ਇੱਕ ਹੱਥ ਉਹਨਾਂ ਦੋਹਾਂ ਨੇ ਮੋਮੀ ਕਾਗਜ਼ ਨੂੰ ਆਪਣੇ ਆਪਣੇ ਵੱਲ ਖਿੱਚਣ 'ਚ ਲਾਇਆ ਹੋਇਆ ਸੀ, ਜਿਸ ਕਾਰਨ ਉਹਨਾਂ ਦਾ ਮਹਾਭਾਰਤ ਛਿੜਿਆ ਸੀ। ਖਾਕੀ ਪੱਗਾਂ 'ਤੇ ਲਾਲ ਬੂਟਾਂ ਵਾਲਿਆਂ ਨੇ ਦੇਖ ਕੇ ਉਹ ਸਹਿਮ ਗਏ। ਘੋਨੇ ਨੇ ਕਾਗਜ਼ਾਂ ਵਾਲਾ ਹੱਥ ਪਿੱਛੇ ਖਿੱਚ ਲਿਆ, ਕਾਲੇ ਦੀ ਪਕੜ ਵੀ ਢਿੱਲੀ ਪੈ ਗਈ। ਹਵਾ ਦਾ ਹਲਕਾ ਜਿਹਾ ਬੁੱਲਾ ਕਾਗਜ਼ ਨੂੰ ਉਡਾ ਕੇ ਹੱਡਾ ਰੋੜੀ ਵੱਲ ਲੈ ਤੁਰਿਆ। ਅੱਖ ਬਚਾ ਕੇ ਉਹ ਖਿਸਕਣ ਹੀ ਲੱਗੇ ਸੀ ਕਿ ਬੁੱਧ ਸਿੰਘ ਦੀ ਕੜਕਦੀ ਆਵਾਜ਼ ਨੇ ਉਹਨਾਂ ਨੂੰ ਕੰਬਾ ਦਿੱਤਾ। ਕਿੱਧਰ ਭੱਜਦੇ ਹੋ ਭੈਣ ਦਿਓ ਯਾਰੋ, ਕਿਹੜੀ ਚੋਰੀ ਦਾ ਮਾਲ ਵੰਡਦੇ ਸੀ? ਬੁੱਢਾ ਸਿਪਾਹੀ ਝੱਟ ਬੁੱਧ ਸਿੰਘ ਦੀ ਸਕੀਮ ਸਮਝ ਗਿਆ। ਉਹਨੇ ਨਾਲ ਦੇ ਸਿਪਾਹੀ ਨੂੰ ਅੱਖ ਮਾਰੀ, ਤਿੰਨਾਂ ਨੇ ਰਲ ਕੇ ਉਹਨਾਂ ਨੂੰ ਘੇਰਾ ਪਾ ਲਿਆ। ਕੁਛ ਨਹੀਂ ਜੀ, ਅਸੀਂ ਤਾਂ ਢਿਆਂ ਦੇ ਮੁੰਡੇ ਹਾਂ, ਕੱਚ 'ਤੇ ਲੀਰਾਂ ਚੁੱਕਦੇ ਹਾਂ। ਆਹ ਮੋਮੀ ਕਾਗਜ਼ ਮੈਨੂੰ ਲੱਭਾ ਸੀ, ਆਖਦਾ ਮੇਰਾ ਘੋਲੇ ਅੱਖਾਂ 'ਤੇ ਜੰਮੀ ਧੂੜ ਨੂੰ ਸੱਜੀ ਬਾਂਹ ਨਾਲ ਪੂੰਝਦਿਆਂ ਤਰਲਾ ਕੀਤਾ। ਕੰਬਦੀਆਂ ਲੱਤਾਂ ਤੋਂ ਉਹ ਤੋਂ ਖੜੋਇਆ ਨਹੀਂ ਸੀ ਜਾ ਰਿਹਾ। ਦੰਗਾ ਫਸਾਦ ਵੀ ਕਰਦੇ ਸੀ ਸਾਲੇ ਕੁੱਤੇ ਹਰਾਮੀ। ਨੋੜ ਦਿਓ ਧਿਆਨ ਸਿਆਂ, ਇਹਨਾਂ ਨੂੰ ਥੋੜ੍ਹਾ ਜਿਹਾ ਫੈਂਟਾ ਚਾੜੇ, ਆਪੇ ਬਕ ਪੈਣਗੇ ਸਾਰਾ ਕੁਛ। ਸਾਡੀ ਕਾਹਦੀ ਲੜਾਈ ਆ, ਅਸੀਂ ਤਾਂ ਸਕੇ ਭਾਈ ਹਾਂ। ਸਾਰਾ ਕਾਗਜ਼ ਇਹਨੂੰ ਦੇ ਦਿਓ। ਹੱਥ ਜੋੜ ਕੇ ਹੌਲਦਾਰ ਦੇ ਪੈਰਾਂ ਵੱਲ ਝੁੱਕਦੇ ਕਾਲੇ ਨੇ ਵੀ ਤਰਲਾ ਲਿਆ। ਪਰਾ ਮਾਰ ਕਿਵੇਂ ਬੂ ਮਾਰਦੀ ਹੈ ਪਾਂ ਵਾਲੇ ਕੁੱਤਿਆਂ ਨੂੰ, ਥਾਣੇ ਜਾ ਕੇ ਦੇਖਾਂਗੇ। ਬੁੱਧ ਸਿੰਘ ਨੇ ਬੋਦੀਆਂ ਤੋਂ ਫੜ ਕੇ ਉਹਨੂੰ ਝਟਕਾਇਆ। ਅਸੀਂ ਹੁਣ ਕਦੇ ਨਹੀਂ ਲੜਦੇ, ਥਾਣੇ ਨਾਲ ਜਾਓ, ਮੇਰੀ ਭਾਵੇਂ ਸਾਰੀ ਬਗਲੀ ਇਹਨੂੰ ਦੇ ਦਿਓ, ਘੋਨਾ ਬੁੱਢੇ ਸਿਪਾਹੀ ਅੱਗੇ ਗਿੜਗਿੜਾਇਆ।
ਬੁੱਢੇ ਸਿਪਾਹੀ ਦੇ ਕਰਾਰੇ ਥੱਪੜਾਂ ਨੇ ਉਹਦੀ ਜ਼ਬਾਨ ਬੰਦ ਕਰਤੀ। ਮੁੜ ਸਾਰੇ ਰਾਹ ਉਹਨਾਂ 'ਚੋਂ ਕਿਸੇ ਦੀ ਵੀ ਸਾਹ ਕੱਢਣ ਦੀ ਹਿੰਮਤ ਨਾ ਪਈ। ਕਿੱਧਰ ਤੁਰ ਗਏ ਸੀ ਬਈ? ਮੈਂ ਰਿਪੋਰਟ ਭੇਜਣੋਂ ਬੈਠਾ, ਇਕੱਲਾ ਤੇਰਾ ਖਾਨਾ ਖਾਲੀ ਰਹਿੰਦਾ। ਥਾਣੇ ਵੜਦਿਆਂ ਮੁਨਸ਼ੀ ਨੇ ਬੁੱਧ ਸਿੰਘ 'ਤੇ ਅਹਿਸਾਨ ਵੀ ਕੀਤਾ ਅਤੇ ਰੋਹਬ ਵੀ ਚਾੜਿਆ। ਖਾਨਾ ਭਰਨ ਲਈ ਤਾਂ ਟੱਕਰਾਂ ਮਾਰਦੇ ਫਿਰਦੇ ਸੀ। ਚੱਲ ਭਰ ਦੇ ਮੇਰਾ ਖਾਨਾ ਵੀ, ਦੋ ਕੇਸ, ਉਹ ਵੀ ਨਵੇਂ ਐਕਟ ਦੇ, ਇੱਕ 3 ਕਿਲੋ ਫੀਮ ਦਾ, ਇੱਕ 40 ਕਿਲੋ ਡੋਡਿਆਂ ਦਾ। ਹਿੱਕ ਫੁਲਾ ਕੇ ਬੁੱਧ ਸਿੰਘ ਨੇ ਨਿੱਗਰ ਹੱਥ ਮੁਨਸ਼ੀ ਦੇ ਮੋਢਿਆਂ 'ਤੇ ਰੱਖਿਆ। ਹੈਰਾਨ ਹੋਏ ਮੁਨਸ਼ੀ ਦੀਆਂ ਤਫਤੀਸ਼ੀ ਅੱਖਾਂ ਨੇ ਥਾਣੇ ਦਾ ਮੁਆਇਨਾ ਕੀਤਾ। ਬੈਰਕਾਂ ਹਵਾਲਾਤ ਸਭ ਖਾਲੀ ਪਏ ਸੀ। ਦੋ ਨੁੱਕਰ 'ਚ ਬੈਠੇ ਦੋ ਢਾਏ ਕੰਬ ਜ਼ਰੂਰ ਰਹੇ ਸਨ। ਸਿਪਾਹੀਆਂ ਨੇ ਉਹਨਾਂ ਦੀਆਂ ਬਗਲੀਆਂ ਫਰੋਲ ਲਈਆਂ। ਟੁੱਟੇ ਭੱਜੇ ਲੋਹੇ 'ਤੇ ਕੱਚ ਲੀਰਾਂ ਦੇ ਦੋ ਛੋਟੇ ਜਿਹੇ ਢੇਰ ਨਿਕਲੇ ਸੀ। ਉਹਨਾਂ ਵਿੱਚੋਂ ਉਹਨਾਂ ਨੇ ਤਾਂ ਸ਼ਾਇਦ ਅਫੀਮ ਡੋਡਿਆਂ ਦਾ ਕਦੇ ਨਾਂ ਵੀ ਨਾ ਸੁਣਿਆ ਹੋਵੇ। ਮੁਲਜ਼ਮ ਕਿੱਥੇ ਆ ਬਈ? ਉਹ ਬੈਠੇ ਦਿਸਦੇ ਨਹੀਂ? ਸਾਲੇ ਭੁੱਖੇ ਮਰਦੇ, ਰੂੜੀਆਂ ਤੋਂ ਗੰਦ ਚੁੱਕਦੇ ਫਿਰਦੇ ਆ। 10-12 ਸਾਲ ਜੇਲ੍ਹ 'ਚ ਰਹਿ ਕੇ ਸੁਰਤ ਆ ਜੂ, ਵਧੀਆ ਖਾਣਗੇ, ਵਧੀਆ ਪਹਿਨਣਗੇ, TV ਮੁਫ਼ਤ ਦਾ, ਆਖਦਾ ਬੁੱਧ ਸਿੰਘ ਮਿੰਨਾ ਮਿੰਨਾ ਮੁਸਕਰਾਇਆ। ਝੱਟ ਹੀ ਉਹਨੂੰ ਆਪਣੀ ਮੁਸਕਰਾਹਟ ਫੋਕੀ ਜਿਹੀ ਲੱਗੀ, ਸ਼ਰਮਸਾਰ ਜਿਹਾ ਹੋ ਕੇ ਚੁੱਪ ਕਰ ਗਿਆ। ਚਾਰੇ ਪਾਸੇ ਹਨੇਰਾ ਫੈਲ ਚੁੱਕਾ ਸੀ। ਕਦੇ ਕਦੇ ਦੂਰ ਰੋਂਦੇ ਕੁੱਤੇ ਦੀ ਆਵਾਜ਼ ਸੁਣਾਈ ਦੇਣ ਲੱਗੀ। ਉਦਾਸ ਹੋਏ ਮੁਨਸ਼ੀ ਨੇ ਜ਼ਾਬਤਾ ਪੂਰਾ ਕਰਨ ਲਈ ਮੁੰਡਿਆਂ ਦੀ ਤਲਾਸ਼ੀ ਲਈ। ਕੋਈ ਇਤਰਾਜ਼ਯੋਗ ਚੀਜ਼ ਤਾਂ ਨਹੀਂ ਸੀ? ਨਹੀਂ, ਕਬਜ਼ੇ 'ਚ ਲੈਣ ਵਾਲਾ ਕੁਛ ਵੀ ਨਹੀਂ ਸੀ, ਨਾ ਪੈਸਾ, ਨਾ ਧੇਲਾ, ਨਾ ਗਹਿਣਾ ਗੱਟਾ। ਬੂਹਦਾਰ ਬਗਲੀਆਂ ਚੁਕਵਾ ਕੇ ਉਹਨੇ ਛੱਪੜ 'ਚ ਸੁਟਵਾ ਦਿੱਤੀਆਂ। ਨਵੇਂ ਕਾਨੂੰਨ ਮੁਤਾਬਕ ਉਹਨਾਂ ਵਰਗੇ ਬੰਦਿਆਂ ਦਾ ਜ਼ਮਾਨਤ 'ਤੇ ਆਉਣਾ ਜਾਂ ਬਰੀ ਹੋਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਬੁਝੇ ਬੁਝੇ ਮਨ ਨਾਲ ਉਹਨੇ ਦੋ ਫਟੇ ਜਿਹੇ ਕੰਬਲ ਉਹਨਾਂ ਦੇ ਹਵਾਲੇ ਕੀਤੇ ਅਤੇ ਭਾਰੇ ਭਾਰੇ ਕਦਮਾਂ ਨਾਲ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ। ਰਿਪੋਰਟ ਤਿਆਰ ਕੀਤੀ ਅਤੇ ਧੀਮੀ ਧੀਮੀ ਆਵਾਜ਼ 'ਚ ਵਾਇਰਲੈੱਸ ਸੈੱਟ ਉੱਤੇ ਪੜ੍ਹਾ ਦਿੱਤੀ। ਵਿਹਲਾ ਹੋ ਕੇ ਉਹ ਵੀ ਬੁੱਧ ਸਿੰਘ ਕੋਲ ਜਾ ਬੈਠਾ, ਜਿਹੜਾ ਪਹਿਲੇ ਤੋੜ ਦੀ ਅੱਧੀ ਬੋਤਲ ਡਕਾਰ ਚੁੱਕਾ ਸੀ। ਬੁੱਧ ਸਿੰਘ ਦੀ ਨਿਗਾਹ ਹਵਾਲਾ 'ਚ ਤਾੜੇ ਘੋਨੇ 'ਤੇ ਕਾਲੇ 'ਤੇ ਟਿਕੀ ਹੋਈ ਸੀ। ਬਾਹਾਂ 'ਚ ਬਾਹਾਂ ਪਾਈ ਇੱਕ ਦੂਜੇ ਨਾਲ ਚਿਪਕੇ ਉਹ ਅਸਮਾਨ ਵਾਲੇ ਉਹ ਤੱਕ ਰਹੇ ਸੀ, ਜਿਵੇਂ ਕਿਸੇ ਕਿਆਮਤ ਨੂੰ ਹਾਕਾ ਮਾਰ ਰਹੇ ਹੋਣ। ਉਹਨਾਂ ਦੀ ਅੱਖਾਂ 'ਚ ਤੱਕ ਕੇ ਬੁੱਧ ਸਿੰਘ ਨੂੰ ਝਟਕਾ ਜਿਹਾ ਲੱਗਿਆ। ਇੱਕਦਮ ਉਹਦਾ ਸਾਰਾ ਨਸ਼ਾ ਉਤਰ ਗਿਆ। ਉਹਦਾ ਦਿਲ ਕੀਤਾ ਉਹ ਪਿੰਜਰਾ ਖੋਲ੍ਹ ਦੇਵੇ ਅਤੇ ਇਹਨਾਂ ਘੁੱਗੀਆਂ ਨੂੰ ਅਸਮਾਨ 'ਚ ਉਡਾਰੀਆਂ ਲੈਣ ਦੇਵੇ। ਝਾਟੀ ਲਾਈਨ ਹਾਜ਼ਰ ਦੇ ਖਿਆਲ ਨੇ ਉਹਦੇ ਡਰ ਦੇ ਮਨ ਨੂੰ ਸੰਭਾਲਿਆ। ਸਾਰਾ ਧਿਆਨ ਉਹਨੇ ਖਾਲੀ ਗਲਾਸ ਵੱਲ ਮੋੜਿਆ। ਕਿਹੜੀਆਂ ਸੋਚਾਂ 'ਚ ਡੁੱਬ ਗਿਆ ਹੈ? ਨਾ ਇਹ ਥਾਣੇਦਾਰ ਦੇ ਮੁਖਬਰ ਨੇ, ਨਾ ਸਰਪੰਚ ਦੇ ਕਰਿੰਦੇ, ਨਾ ਇਹ ਸਾਂਸੀਆਂ ਦੀ ਢਾਣੀ ਦੇ ਬੰਦੇ ਨੇ, ਬਈ ਤਕਲੇ ਚੁੱਕ ਲੈਣਗੇ, ਇਹਨਾਂ ਘੁੱਗੂਆਂ ਤੋਂ ਕਾਹਦਾ ਡਰ? ਮੁਨਸ਼ੀ ਨੇ ਉਹਨੂੰ ਬਾਹੋਂ ਫੜ ਕੇ ਝੰਜੋੜਿਆ, ਖਾਲੀ ਗਲਾਸ ਭਰ ਕੇ ਉਹਦੇ ਅੱਗੇ ਕੀਤਾ। ਹਾਂ ਹਾਂ ਆਖਦੇ ਹੌਲਦਾਰ ਨੇ ਮੁਨਸ਼ੀ ਦੇ ਗਲਾਸ ਨਾਲ ਗਲਾਸ ਖੜਕਾਇਆ, ਇੱਕੋ ਸਾਏ ਸਾਰੀ ਕੌੜੀ ਘੁੱਟ ਭਰ ਲਈ। ਸੱਚਮੁੱਚ ਉਹਨੂੰ ਕਾਹਦਾ ਡਰ? ਉਹਦੀ ਖਾਨਾ ਪੂਰੀ ਹੋ ਗਈ ਸੀ, ਹੁਣ ਤਾਂ SSP ਉਸ ਵੱਲ ਝਾਕ ਹੀ ਨਹੀਂ ਸੀ ਸਕਦਾ। ਧੰਨਵਾਦ।